ਉਹ ਦਿਖਾ ਦਈਏ ਇਹ ਬੈੱਡ ਲੱਗਿਆ ਹੁੰਦਾ ਜੀ ਅੰਦਰਲੇ ਪਾਸੇ ਬਾਈ, ਕਿਸੇ ਦੇ ਡਬਲ ਬੈੱਡ ਹੁੰਦਾ ਹੈ ਨਾ, ਆਪਣੇ ਵਾਲੇ ਤੇ ਸਿੰਗਲ ਇਹ। ਹਾਂਜੀ ਉਹ ਟੀਮ ਵਾਲਾ ਟਰੱਕ ਹੁੰਦਾ, ਟੀਮ ਮਤਲਬ ਜਿਹੜੇ ਦੋ ਯਾਰ ਚੱਲਦੇ। ਹਾਂਜੀ ਲਗਾਤਾਰ ਹੀ ਜਿਹੜਾ ਖੜਦਾ ਹੀ ਨਹੀਂ, ਟਰੱਕ ਖੜਦਾ ਨਹੀਂ ਉਹ, ਠੀਕ 24 ਘੰਟੇ 20 ਘੰਟੇ ਟਰੱਕ ਚੱਲ ਜਾਂਦਾ। ਠੀਕ ਹੈ ਬਾਈ ਜੀ, ਆਹ ਆ ਗਿਆ ਜੀ ਮਾਈਕ੍ਰੋਵੇਵ ਆ ਗਿਆ। ਹਾਂਜੀ ਠੀਕ ਹੈ, ਆਹ ਕਵਰਡ ਆ ਗਈ ਜੀ ਹੈ, ਹਾਂਜੀ ਮਤਲਬ ਸਮਾਨ ਸਮੂਨ ਰੱਖਣ ਨੂੰ। ਹਾਂਜੀ ਹਾਂਜੀ ਠੀਕ ਹੈ। ਤੁਸੀਂ ਕਿੰਨੇ ਕਿੰਨੇ ਦਿਨ ਨਹੀਂ ਮੁੜਦੇ ਫਿਰ ਜਦੋਂ ਜਾਂਦੇ ਆ? ਮੈਂ ਬੜਾ ਲੰਬਾ ਨਹੀਂ ਗੇੜਾ ਦਈਦਾ ਜੀ, 3-4 ਦਿਨ ਦਾ ਗੇੜਾ। ਅਮਰੀਕਾ ਨੂੰ ਜਦੋਂ ਜਾਂਦੇ ਹੋ? ਹਾਂਜੀ ਉਦਣ ਆ ਗਏ ਹੈ। ਹਾਂਜੀ ਆ ਗਿਆ ਜੀ ਫਰਿੱਜ। ਹਾਂਜੀ ਫ੍ਰੀਜ਼ਰ ਆ ਗਿਆ। ਠੀਕ ਹੈ, ਤੇ ਪਿਛਲੇ ਪਾਸੇ ਐ ਹੁੰਦਾ ਜੀ, ਤੇ ਬਾਕੀ ਅੱਛਾ ਹੁਣ ਦੱਸੋ ਅਮਰੀਕਾ ਕਿੰਨੇ ਦਿਨਾਂ ਬਾਅਦ ਮੁੜਦੇ ਹੋ ਫਿਰ? 4-5 ਦਿਨ ਆ, ਇੱਕ ਮਿੰਟ ਬੁੱਕ ਚੈੱਕ ਕਰ ਲਈ ਯਾਰ। ਹਾਂਜੀ ਬੁੱਕ ਬਾਈ, ਲੌਗ ਬੁੱਕ ਉਹੀ ਕਹਿੰਦੇ ਤੁਸੀਂ? ਹਾਂਜੀ ਲੌਗ ਬੁੱਕ। ਇਹ ਕੀ ਹੁੰਦਾ ਬਾਈ ਸਿਸਟਮ, ਇਹਦੇ ਬਾਰੇ ਦੱਸੋ ਥੋੜਾ ਜਿਹਾ, ਬੜਾ ਸੁਣਿਆ ਵੀ ਲੌਗ ਬੁੱਕ ਹੁੰਦੀ ਆ। ਇਹ ਆਪਣਾ ਵੀਰੇ ਡਰਾਈਵਰ ਨੇ ਆਪਦਾ ਸਾਰਾ ਰੈਕਡ ਰੱਖਣਾ ਪੈਂਦਾ ਵਾ, ਕਿੰਨਾ ਡਰਾਈਵ ਕੀਤਾ, ਅੱਛਾ ਕਿੰਨਾ ਆਪਾਂ ਸਲੀਪ ਪਾਈਏ, ਕਿੰਨੀ ਔਨ ਡਿਊਟੀ ਸੀਗੀ। ਤੇ ਕਿੰਨੇ ਘੰਟੇ ਚਲਾ ਸਕਦੇ ਇੱਥੇ ਟਰੱਕ? ਆਪਾਂ ਕੈਨੇਡਾ ਦੇ ਵਿੱਚ 13 ਘੰਟੇ ਚਲਾ ਸਕਦੇ ਆ, ਅਮਰੀਕਾ ਅਮਰੀਕਾ 'ਚ 11 ਘੰਟੇ ਚਲਾ ਸਕਦੇ ਆ, ਤੇ ਸ਼ਿਫਟ ਦੋਨੇ ਪਾਸੇ 14 ਘੰਟੇ ਹੁੰਦੀ ਔਨ ਡਿਊਟੀ, ਜਿਹੜੀ ਸ਼ਿਫਟ ਹੋਜੇਗੀ ਬੋਲੋ। ਠੀਕ ਹੈ, ਉਦੋਂ ਬਾਅਦ ਮੰਨ ਲਓ 13 ਘੰਟੇ ਤੁਸੀਂ ਇੱਥੇ ਟਰੱਕ ਚਲਾ ਲਿਆ। ਹਾਂਜੀ ਉਦੋਂ ਬਾਅਦ 'ਚ? ਉਦੋਂ ਬਾਅਦ ਤੁਹਾਨੂੰ ਕੈਨੇਡਾ ਦੇ ਵਿੱਚ 8 ਘੰਟੇ ਤੁਹਾਨੂੰ ਸ਼ਿਫਟ ਟੂ ਸ਼ਿਫਟ ਸਲੀਪ ਕਰਨੀ ਪੈਂਦੀ ਆ, ਮਤਲਬ ਸੌਣਾ ਪੈਣੀ ਪੈਣਾ। ਹਾਂਜੀ ਬੰਦ ਕਰ, ਜੇ ਚੋਰੀ ਚਲਾ ਲਓ, ਚੋਰੀ ਚਲਾ ਲਓ ਫਿਰ ਉਹ ਮਤਲਬ ਰੈਕਟ ਦੇ ਵਿੱਚ ਜਾਂ ਕਿਲੋਮੀਟਰ ਗਿਣੇ ਜਾਂਦੇ ਆ ਵੀ ਕਿਲੋਮੀਟਰ ਵੱਧ ਕਿਵੇਂ ਚੱਲ ਗਿਆ, ਹਨਾ, ਤੇ ਉਹ ਚੀਜ਼ ਆ ਜਾਂ ਫਿਰ ਬੁੱਕ 'ਚ ਚੱਲਦੀ ਰਹਿ ਗਈ ਤਾਂ ਬੁੱਕ ਟਰਾਂਸਪੋਰਟ ਮਹਿਕਮੇ ਵਾਲਿਆਂ ਨੂੰ ਜਾਂ ਹੋਰ ਇਹਨਾਂ ਨੂੰ ਸਭ ਨੂੰ ਪਤਾ ਲੱਗ ਜਾਂਦਾ। ਹਾਂਜੀ ਉਹ ਇਹ ਲੌਗ ਬੁੱਕ ਹੈ ਜਿਹੜੀ, ਆਨਲਾਈਨ ਆ ਕੋਈ? ਇਹ ਐਪ ਆ ਵੀਰੇ,